ਸਾਡੇ ਨਾਲ SGPC ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਜੀ ਬਣੇ ਹੋਏ ਨੇ, ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਗੱਲ ਕਰ ਲੈਂਦੇ ਹਾਂ। ਅਮਰਿੰਦਰ ਜੀ, ਵੱਡੀਆਂ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਇਸ ਨਗਰ ਕੀਰਤਨ ਦੇ ਨਾਲ ਮੈਂ ਵੇਖ ਰਹੀ ਹਾਂ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਹੈ, ਭਾਰਤ ਵਿੱਚ ਵੀ ਇੰਤਜ਼ਾਰ ਕਰ ਰਹੀ ਹੈ, ਕਦ ਤੱਕ ਨਗਰ ਕੀਰਤਨ ਦੇ ਪਹੁੰਚਣ ਦੀ ਉਮੀਦ ਹੈ, ਆਸ ਹੈ ਜਿਹੜੀ ਹੈ? ਸ਼ੁਰੂ ਹੋਏਗਾ ਉਸ ਤੋਂ ਤਕਰੀਬਨ 2-2.5 ਘੰਟੇ ਦੇ ਵਿੱਚ। ਮੈਂ ਸਮਝਦਾ ਕਿ ਵੀ ਇਹ ਵਾਹਗਾ ਅਟਾਰੀ ਸਰਹੱਦ 'ਤੇ ਪਹੁੰਚਣ ਦੀ ਉਮੀਦ ਮੈਂ ਸਮਝਦਾ, ਕਿਉਂਕਿ ਨਨਕਾਣਾ ਸਾਹਿਬ ਤੋਂ ਇੰਨੇ ਇੱਕ ਦੇਰ ਦਾ ਰਸਤਾ ਸਲੋ ਸਪੀਡ ਦੇ ਨਾਲ ਇਹ ਨਗਰ ਕੀਰਤਨ ਚੱਲੇਗਾ, ਜ਼ਿਆਦਾ ਫਾਸਟ ਨਹੀਂ ਚੱਲੇਗਾ। ਅਤੇ ਬਾਕੀ ਉੱਥੇ ਸ਼ਰਧਾਲੂ ਵੀ ਨਾਲ ਹੈਗੇ ਆ ਰਸਤੇ ਦੇ ਵਿੱਚ, ਕਿਤੇ ਜੇ ਰੋਕਣਗੇ, ਕਿਸੇ ਨੇ ਮੱਥਾ ਟੇਕਣਾ ਜਾਂ ਕੁਛ ਐਸੀ ਕੋਈ ਜੇ ਉਹ ਹੋਏਗੀ ਤਾਂ ਵੀ 2-2.5 ਘੰਟੇ। ਮੈਂ ਸਮਝਦਾ ਕਿ ਬਈ 10:30-11 ਵਜੇ ਇਹ ਸਮਝਦਾ ਮੈਂ ਨਗਰ ਕੀਰਤਨ ਆਰੰਭ ਹੋਇਆ ਉੱਥੋਂ, ਅਤੇ ਉਮੀਦ ਹੈ ਬਈ 1.5 ਘੰਟੇ ਦੇ ਵਿੱਚ ਇਹ ਨਗਰ ਕੀਰਤਨ ਇੱਥੇ ਪਹੁੰਚਣਾ ਚਾਹੀਦਾ ਹੈ ਜੀ। ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇਹ ਨਗਰ ਕੀਰਤਨ ਹੈ ਜਿਹੜਾ, ਉੱਥੇ ਵਿਸ਼ਰਾਮ ਕਰੇਗਾ, ਉੱਥੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਸੰਗਤਾਂ ਦੇ ਲਈ ਕੀਤੇ ਗਏ ਨੇ ਜਾਂ ਨਗਰ ਕੀਰਤਨ ਦੇ ਲਈ ਅਗਾਊਂ ਪ੍ਰਬੰਧ ਕੀ ਨੇ? ਦੇਖੋ, ਅੱਜ ਰਾਤੀ ਇਹ ਨਗਰ ਕੀਰਤਨ ਦੇ ਜਿਹੜਾ ਪੜਾਅ ਹੈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏਗਾ, ਅਤੇ ਉੱਥੇ ਪ੍ਰਬੰਧਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਜੋ ਯਾਤਰੂ ਇਹਨਾਂ ਦੇ ਨਾਲ ਆਏ ਨੇ, ਜੋ ਹੋਰ ਲੋਕ ਇਸ ਦੇ ਨਾਲ ਜਿਨ੍ਹਾਂ ਨੇ ਚੱਲਣਾ ਹੈ, ਉਹਨਾਂ ਦਾ ਪ੍ਰਬੰਧ ਉੱਥੇ ਹੋਵੇਗਾ ਹੀ, ਅਤੇ ਹੋਰ ਸੰਗਤ ਜਿਹੜੀ ਨਾਲ ਆਈ ਹੈ ਉਹਨਾਂ ਦਾ ਵੀ ਪ੍ਰਬੰਧ ਉੱਥੇ, ਪ੍ਰਬੰਧ ਦੀ ਕੋਈ ਮੈਂ ਸਮਝਦਾ ਕੋਈ ਦਿੱਕਤ ਨਹੀਂ ਆਉਣ ਵਾਲੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਬਟਾਲੇ ਜਾਣਾ ਹੈ। ਬਟਾਲੇ ਤੋਂ ਬਾਅਦ ਜਿਵੇਂ ਤੁਹਾਡੀ ਸਕਰੀਨ ਦੇ ਉੱਪਰ ਮੈਂ ਸਕਰੋਲ ਹੁੰਦਾ ਦੇਖ ਰਿਹਾ ਕਿ ਇਸਨੇ ਅੱਗੇ ਜੰਮੂ ਵੀ ਜਾਣਾ ਹੈ ਨਗਰ ਕੀਰਤਨ ਨੇ, ਅਤੇ ਜੰਮੂ ਤੋਂ ਵਾਪਸ ਘੁੰਮ ਕੇ ਦਸੂਹੇ ਵੱਲੋਂ ਅਨੰਦਪੁਰ ਸਾਹਿਬ ਆਏਗਾ ਇਹ ਨਗਰ ਕੀਰਤਨ। ਅਤੇ ਜਿੱਥੇ ਜਿੱਥੇ ਵੀ ਜਿਨ੍ਹਾਂ ਨੇ ਮਤਲਬ ਔਰਗਨਾਈਜ਼ਰਸ ਨੇ ਇਹਦਾ ਜਿਹੜਾ ਪੜਾਅ ਦੇ ਜੋ ਕੀਤੇ ਹੈ ਉਪਰਾਲੇ, ਉਹਨਾਂ ਨੇ ਪਹਿਲਾਂ ਸਾਰਾ ਪ੍ਰਬੰਧ ਦੇਖ ਕੇ ਹੀ ਰਾਤ ਦਾ ਪੜਾਅ ਜਿਹੜਾ ਉਹ ਬਣਾਇਆ ਜਾਂਦਾ ਹੈ। ਜਿੱਥੇ ਥੋੜ੍ਹੀ ਪ੍ਰਬੰਧ ਦੀ ਘਾਟ ਹੋਵੇ ਉੱਥੇ ਰਾਤ ਦਾ ਪੜਾਅ ਅਵੋਇਡ ਕੀਤਾ ਜਾਂਦਾ, ਅਤੇ ਜਿੱਥੇ ਪ੍ਰਬੰਧ ਕੀਤੇ ਜਾ ਸਕਦੇ ਹੈ ਸੁਚਾਰੂ ਤਰੀਕੇ ਦੇ ਨਾਲ, ਉੱਥੇ ਹੀ ਪ੍ਰਬੰਧਕ ਸੱਜਣ ਜੋ ਹੈ ਉਹ ਉਸਨੂੰ ਔਰਗਨਾਈਜ਼ਰ ਜਿਹੜਾ ਉਹ ਕਰਦਾ ਹੈ। ਅਤੇ ਐਸੀ ਦਿੱਕਤ ਮੈਂ ਸਮਝਦਾ ਕੋਈ ਨਹੀਂ ਆਉਣ ਵਾਲੀ। ਅਤੇ ਸਿਕਿਉਰਿਟੀ ਵੱਲੋਂ ਵੀ ਹਿੰਦੁਸਤਾਨ ਦੀ ਸਰਕਾਰ ਨੇ ਪੂਰੇ ਪ੍ਰਬੰਧ ਮੈਂ ਸਮਝਦਾ ਵੀ ਕੀਤੇ ਹੋਣਗੇ, ਜੰਮੂ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਅਤੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਇਸਨੇ ਘੁੰਮਣਾ ਹੈ। ਅਤੇ ਇਹਦਾ ਜਿਹੜਾ ਮਨੋਰਥ ਹੈ ਉਹ ਮੈਂ ਸਮਝਦਾ ਕਿ ਵੀ ਸ਼ਾਂਤੀ ਦਾ ਮਨੋਰਥ ਲੈ ਕੇ ਨਗਰ ਕੀਰਤਨ ਚੱਲਿਆ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਤੋਂ, ਅਤੇ ਪੂਰੇ ਏਸ਼ੀਆ ਦੇ ਵਿੱਚ ਇਹ ਸ਼ਾਂਤੀ ਦਾ ਇੱਕ ਛਿੱਟਾ ਮਾਰੇਗਾ। ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਕੀਤੀਆਂ ਅਤੇ ਉਹਨਾਂ ਨੇ ਯਾਤਰਾ ਕੀਤੀ, ਉਸੇ ਤਰੀਕੇ ਦੇ ਨਾਲ ਹੁਣ ਅੱਜ ਦੇ ਯੁੱਗ ਦੇ ਵਿੱਚ ਅਸੀਂ ਇਹ ਜੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਯਾਤਰਾ ਚੱਲ ਰਹੀ ਹੈ, ਇਹ ਮਿੱਟੀ ਧੁੰਦ ਜਗ ਚਾਨਣ ਹੋਆ ਤਾਰੇ ਛੱਪੇ ਅੰਧੇਰ ਪਲੋਆ ਦਾ ਜਿਹੜਾ ਇੱਕ ਜਿਹੜਾ ਮੁਖਵਾਕ ਹੈ ਉਸਨੂੰ ਅਸੀਂ ਸੁਚਾਰੂ ਤਰੀਕੇ ਦੇ ਨਾਲ ਸਾਕਾਰ ਹੁੰਦਾ ਦੇਖਾਂਗੇ, ਅਤੇ ਐਸੀ ਉਮੀਦ ਕੀਤੀ ਜਾ ਸਕਦੀ ਹੈ। ਬਿਲਕੁਲ, ਇੱਕ ਅਸੀਮ ਪ੍ਰਸੰਨਤਾ ਹੈ ਜਿਹੜੀ ਸਾਡੇ ਸਭ ਦੇ ਦਿਲਾਂ ਦੇ ਵਿੱਚ ਹੈ, ਇੱਕ ਅਥਾਹ ਖੁਸ਼ੀ ਹੈ ਸਾਡੇ ਸਭ ਦੇ ਦਿਲਾਂ ਦੇ ਵਿੱਚ ਕਿ ਅਸੀਂ ਇਸ ਨਗਰ ਕੀਰਤਨ ਨੂੰ ਦੇਖ ਪਾ ਰਹੇ ਹਾਂ। ਖੁਸ਼ੀ ਤਾਂ ਕੋਈ ਟਿਕਾਣਾ ਨਹੀਂ ਹੈ, ਅਜਿਹੀ ਖੁਸ਼ੀ ਉਹਨਾਂ ਸ਼ਰਧਾਲੂਆਂ ਦੇ ਦਿਲਾਂ ਵਿੱਚ ਵੀ ਹੋਏਗੀ ਜੋ ਇਸ ਨਗਰ ਕੀਰਤਨ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ। SGPC ਦੇ ਵੱਲੋਂ ਵੀ ਵਧੀਆ ਪ੍ਰਬੰਧ ਕੀਤੇ ਗਏ ਨੇ ਅਮਰਿੰਦਰ ਜੀ। ਬਿਲਕੁਲ ਜਸਮੀਤ ਜੀ, ਦੇਖੋ ਖੁਸ਼ੀ ਜਿਹੜੀ ਹੈ ਇੱਕ ਵੈਸੇ ਹੀ ਜਿਹੜੀ ਪਾਕਿਸਤਾਨ ਦੀ ਧਰਤੀ ਹੈ, ਪੰਜਾਬ ਦੀ, ਜਿਹੜਾ ਪੰਜਾਬ ਦਾ ਉੱਧਰਲਾ ਪਾਸਾ ਰਹਿ ਗਿਆ, ਤੋ ਜਿਹੜੇ ਲੋਕ ਉੱਥੋਂ ਸਥਾਪਿਤ ਹੋ ਕੇ ਉੱਜੜ ਕੇ ਆਏ ਨੇ, ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਉੱਥੇ ਇੱਕ ਤਾਂਘ ਰਹਿੰਦੀ ਹੈ ਉਸ ਧਰਤੀ ਦੇ ਨਾਲ ਜਿੱਥੇ ਉਹਨਾਂ ਦੇ ਵੱਡ ਵਡੇਰੇ
ਰਹਿੰਦੇ ਸੀ, ਉਹਨਾਂ ਨੇ ਜੰਮੇ ਪਲੇ, ਉਹਨਾਂ ਦਾ ਜਿਹੜਾ ਉਸ ਮਿੱਟੀ ਦੇ ਨਾਲ ਉਹਨਾਂ ਦਾ ਇੱਕ ਬੜਾ ਇੱਕ ਅਜੀਬ ਜਿਹਾ ਰਿਸ਼ਤਾ ਹੈਗਾ, ਅਤੇ ਉੱਥੋਂ ਕੋਈ ਵੀ ਚੀਜ਼ ਉੱਧਰੋਂ ਮਤਲਬ ਹਵਾ ਆਵੇ ਜਾਂ ਕੋਈ ਸੁਨੇਹਾ ਆਵੇ ਉਸਨੂੰ ਬੜੇ ਖੁਸ਼ੀ ਦੇ ਨਾਲ ਲੈਂਦੇ ਹਨ। ਲੇਕਿਨ ਇੱਥੇ ਜਿਹੜੀ ਖੁਸ਼ੀ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਮਲਟੀਪਲਾਈ ਹੋ ਗਈ ਹੈ ਕਿ ਉਹਦੇ ਨਾਲ ਇੱਕ ਧਾਰਮਿਕ ਜਿਹੜੀ ਹੈ ਉਹ ਚੀਜ਼ ਜੁੜ ਗਈ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਜਨਮ ਅਸਥਾਨ ਤੋਂ ਇਹ ਯਾਤਰਾ ਚੱਲੀ ਹੈ। ਸੋ ਉਹ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ, ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਇੱਕ ਬਹੁਤ ਵੱਡਾ ਇਤਿਹਾਸਿਕ ਦਿਹਾੜਾ ਅੱਜ ਅਸੀਂ ਸਰਕਾਰ ਹੁੰਦਾ ਦੇਖ ਰਹੇ ਹਾਂ, ਅਤੇ ਇਸ ਨੂੰ ਅਸੀਂ ਲਫਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਇਹ ਜੋ ਭਾਵਨਾ ਹੈ ਇਹ ਪਰਮਾਤਮਾ ਹੀ ਜਾਣਦਾ ਕਿ ਕਿੰਨੀ ਖੁਸ਼ੀ ਦੀ ਲਹਿਰ ਅੱਜ ਸਿੱਖ ਜਗਤ ਦੇ ਵਿੱਚ ਦੌੜੀ ਹੋਈ ਹੈ, ਅਤੇ ਪੰਜਾਬ ਦਾ ਪੂਰਾ ਮੈਂ ਸਮਝਦਾ ਕਿ ਬਈ ਜਿਹੜਾ ਜਨਮਾਨਸ ਹੈ ਅੱਜ ਉਹ ਬਹੁਤ ਹੀ ਖੁਸ਼ੀ ਦੇ ਨਾਲ ਖੀਵਾ ਹੋਇਆ ਹੋਇਆ ਹੈ। ਬਾਬੇ ਨਾਨਕ ਦੇ ਚਾਹੇ ਜਿੰਨੇ ਵੀ ਦੁਆਰ ਸਾਡੇ ਭਾਰਤ ਦੇ ਵਿੱਚ ਬਣੇ ਹੋਏ ਨੇ, ਚਾਹੇ ਉਹ ਨਾਨਕ ਮੱਤਾ ਹੈ, ਚਾਹੇ ਰੀਠਾ ਸਾਹਿਬ ਹੈ, ਚਾਹੇ ਕਰਤਾਰਪੁਰ ਸਾਹਿਬ ਹੈ, ਇਹਨਾਂ ਸਭ ਥਾਵਾਂ 'ਤੇ ਵੀ ਵਿਸ਼ੇਸ਼ ਸਮਾਗਮ ਕਰਵਾਏ ਜਾਣੇ ਹੋਣੇ ਹੈ। ਉੱਥੇ ਵੀ ਸੰਗਤਾਂ ਦੀ ਆਮਦ ਕਾਫੀ ਰਹਿਣ ਵਾਲੀ ਹੋਣੀ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਦੇ ਲਈ SGPC ਨੇ ਵੱਖਰੇ ਤੌਰ 'ਤੇ ਕੋਈ ਅਗਾਊਂ ਪ੍ਰਬੰਧ ਨੇ ਜਿਹੜੇ ਉਹ ਕੀਤੇ ਨੇ? ਦੇਖੋ ਜਸਮੀਤ ਜੀ, ਹਿੰਦੁਸਤਾਨ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ SGPC ਦੇ ਪ੍ਰਬੰਧ ਹੇਠ ਚੱਲ ਰਹੇ ਨੇ, ਉਹਨਾਂ ਦੇ ਵਿੱਚ ਤਾਂ ਪ੍ਰਬੰਧ ਕਾਫੀ ਵੱਡੇ ਪੱਧਰ 'ਤੇ ਉਹਨਾਂ ਨੇ ਪਹਿਲਾਂ ਹੀ ਕੀਤੇ ਹੋਏ ਹੈ ਅਤੇ ਵੱਡੇ ਸਮਾਗਮ ਉਲੀਕੇ ਹੋਏ ਨੇ। ਲੇਕਿਨ ਪਾਕਿਸਤਾਨ ਦੇ ਅੰਦਰ ਵੀ ਇਹ ਦੇਖਣ ਨੂੰ ਮਿਲ ਰਿਹਾ, ਐਸੀਆਂ ਖਬਰਾਂ ਆ ਰਹੀਆਂ ਕਿ ਇਮਰਾਨ ਖਾਨ ਜੀ ਦੀ ਸਰਕਾਰ ਨੇ ਗੁਰਦੁਆਰਾ ਸਾਹਿਬਾਨ ਜਿਹੜੇ ਉੱਥੇ ਵਕਫ ਬੋਰਡ ਦੇ ਪ੍ਰਬੰਧ ਥੱਲੇ ਸੀਗੇ ਬਹੁਤ ਲੰਬੇ ਸਮੇਂ ਤੋਂ ਜਿਹੜੇ ਬੰਦ ਪਏ ਸੀ, ਜਿਨ੍ਹਾਂ ਦੀ ਸੇਵਾ ਸੰਭਾਲ ਨਹੀਂ ਹੋ ਰਹੀ ਸੀ, ਉਹਨਾਂ ਨੂੰ ਵੀ ਉਹਨਾਂ ਨੇ ਖੋਲ੍ਹਣ ਦੇ ਉਪਰਾਲੇ ਕਰ ਰਹੇ ਹਾਂ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਖੋਲ੍ਹ ਦਿੱਤੇ ਨੇ ਸਿੱਖ ਸੰਗਤਾਂ ਲਈ, ਅਤੇ ਅੱਗੇ ਵਾਸਤੇ ਵੀ ਉਹ ਹੋਰ ਵੀ ਸਲੋਲੀ ਐਂਡ ਸਲੋਲੀ ਡੇ ਬਾਈ ਡੇ ਕੁਛ ਨਾ ਕੁਛ ਐਸੀ ਖਬਰ ਦੇ ਰਹੇ ਹੈ ਕਿ ਵੀ ਇੱਕ ਨਵਾਂ ਗੁਰਦੁਆਰਾ ਸਾਹਿਬ ਅੱਜ ਖੋਲ੍ਹਿਆ, ਕੱਲ੍ਹ ਨੂੰ ਇੱਕ ਹੋਰ ਖੋਲ੍ਹਿਆ। ਇਸ ਤਰੀਕੇ ਦੇ ਮਤਲਬ ਸੁਖਦ ਸਮਾਚਾਰ ਜਿਹੜਾ ਉਹਨਾਂ ਦਾ ਜਿਹੜਾ ਮਨੋਵਿਰਤੀ ਹੈ ਉਹ ਬਹੁਤ ਪੋਜ਼ਿਟਿਵ ਦੇਖਣ ਨੂੰ ਮਿਲ ਰਹੀ ਹੈ, ਅਤੇ ਉਮੀਦ ਹੈ ਕਿ ਬਈ ਇਸੇ ਤਰੀਕੇ ਦੇ ਨਾਲ ਜਿਵੇਂ ਸਿੱਖ ਭਾਈਚਾਰੇ ਨੂੰ ਇਹ ਆਨੰਦ ਮਾਣਨ ਦਾ ਮੌਕਾ ਅੱਜ ਮਿਲ ਰਿਹਾ, ਜਿਹੜੇ ਬਾਕੀ ਪੰਜਾਬ ਦੇ ਲੋਕ ਨੇ, ਹਿੰਦੂ ਭਾਈਚਾਰਾ ਹੈਗਾ, ਮੁਸਲਮਾਨ ਭਾਈਚਾਰਾ ਹੈਗਾ, ਉਹਨਾਂ ਨੂੰ ਵੀ ਇਹ ਸੁਭਾਗ ਪ੍ਰਾਪਤ ਹੋਵੇ। ਐਸਾ ਉਪਰਾਲਾ ਦੋਨੋਂ ਦੇਸ਼ਾਂ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਕਰਨਾ ਚਾਹੀਦਾ ਹੈ।